ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਨਾਨੀ ਦਾ ਟੇਸਟੀ ਖਾਣਾ ਚੈਨਲ ਤੇ ਅੱਜ ਅਸੀਂ ਬਹੁਤ ਹੀ ਵਧੀਆ ਕਿਚਨ ਟਿਪਸ ਤੁਹਾਡੇ ਨਾਲ ਲੈ ਕੇ ਆਏ ਹਾਂ ਜਿਦੇ ਨਾਲ ਤੁਹਾਡੀ ਕਾਫੀ ਜ਼ਿਆਦਾ ਹੈਲਪ ਹੋਵੇਗੀ ਖਾਣੇ ਨੂੰ ਪਕਾਉਣ ਚ ਤੇ ਬਣਾਉਣ ਚ ਇਸ ਕਰਕੇ ਵੀਡੀਓ ਨੂੰ ਐਂਡ ਤੱਕ ਪੂਰਾ ਦੇਖਿਓ ਜਦੋਂ ਵੀ ਤੁਸੀਂ ਘਰ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਦਾਲ ਬਣਾਉਣੀ ਹੋ ਤਾਂ ਹਮੇਸ਼ਾ ਉਹਨੂੰ ਅੱਛੇ ਤਰੀਕੇ ਨਾਲ ਵਾਸ਼ ਕਰਕੇ ਥੋੜੀ ਦੇਰ ਲਈ ਭਿਗੋ ਕੇ ਰੱਖ ਦਿਓ ਤੇ ਫਿਰ ਉਸ ਸਾਫ ਪਾਣੀ ਜਿਹੜਾ ਤੁਸੀਂ ਭਿਗੋਇਆ ਉਹਦੇ ਵਿੱਚ ਹੀ ਕੁੱਕ ਕਰੋ ਤੇ ਸੇਮ ਚੀਜ਼ ਹੀ ਤੁਸੀਂ ਚਾਵਲ ਨਾਲ ਕਰੋ ਦੂਸਰੀ ਗੱਲ ਇਹ ਹੈ ਕਿ ਇਸ ਤਰ੍ਹਾਂ ਕਰਨ ਨਾਲ ਨਾਲੇ ਤਾਂ ਤੁਹਾਡੀ ਜਿਹੜੀ ਕਿਚਨ ਉਹਦੇ ਵਿੱਚ ਗੈਸ ਬਹੁਤ ਘੱਟ ਲੱਗੇਗੀ ਤੇ ਇੱਕ ਤੁਹਾਡਾ ਟਾਈਮ ਬਚ ਜਾਏਗਾ ਕੁਕਿੰਗ ਟਾਈਮ ਜਿਹੜਾ ਹੈਗਾ ਰਿਡਿਊਸ ਹੋ ਕੇ ਜਲਦੀ ਚੀਜ਼ ਕੁੱਕ ਹੋਏਗੀ ਇਹ ਅਗਲੀ ਚੀਜ਼ ਇਹ ਹੈ ਕਿ ਜਦੋਂ ਵੀ ਤੁਸੀਂ ਚਾਵਲ ਬਣਾਉਨੇ ਹੋ ਸਪੈਸ਼ਲੀ ਜਦੋਂ ਸਟੀਮ ਰਾਈਸ ਬਣਾਉਨੇ ਹੋ ਤਾਂ ਕੋਸ਼ਿਸ਼ ਕਰੋ ਕਿ ਉਹਦੇ ਵਿੱਚ ਬਾਰ-ਬਾਰ ਕੜਛੀ ਨਾ ਮਾਰੋ ਇਸ ਤਰ੍ਹਾਂ ਕਰਨ ਨਾਲ ਚਾਵਲ ਆਪਸ ਵਿੱਚ ਚਿਪਕ ਜਾਂਦੇ ਆ ਨੈਕਸਟ ਚੀਜ਼ ਇਹ ਹੈ ਕਿ ਜਦੋਂ ਵੀ ਤੁਸੀਂ ਪਟੂਰੀਆਂ ਲਈ ਆਟਾ ਗੁੰਨੋ ਦਾ ਉਹਨੂੰ ਜਲਦੀ ਉਹਦੇ ਵਿੱਚ ਖਮੀਰ ਆਵੇ ਤੇ ਇਸ ਲਈ ਉਹ ਤੁਸੀਂ ਕੀ ਕਰਨਾ ਹੈ ਕਿ ਜਿਹੜਾ ਨਾਰਮਲ ਬ੍ਰੈਡ ਅਸੀਂ ਖਾਣੇ ਆ ਉਹਦੇ ਵਿੱਚ ਆਲਰੇਡੀ ਜੀਸਟ ਪਾਇਆ ਹੁੰਦਾ ਹੈ ਸੋ ਪਟੂਰੀਆਂ ਦਾ ਆਟਾ ਉਹਨੂੰ ਅੱਛੇ ਤਰੀਕੇ ਨਾਲ ਗੁੰਨਣ ਵੇਲੇ ਜਿਹੜੇ ਬ੍ਰੈਡ ਕ੍ਰਮਜ਼ ਹੈਗੇ ਆ ਉਹਨੂੰ ਚੰਗੀ ਤਰ੍ਹਾਂ ਪਾਊਡਰ ਫਾਰਮ ਦੇ ਵਿੱਚ ਪਹਿਲਾਂ ਪੀਸ ਲਓ ਤੇ ਫਿਰ ਉਸ ਪਾਊਡਰ ਨੂੰ ਆਟੇ ਦੇ ਵਿੱਚ ਰਲਾ ਕੇ ਗੁੰਨੋਗੇ ਤਾਂ ਤੁਹਾਡੇ ਪਟੂਰੇ ਬਹੁਤ ਹੀ ਸੌਫਟ ਮਲਾਈਨ ਤੇ ਵਧੀਆ ਬਣਨਗੇ